सत श्री अकाल जी, तुसीं देख रहे हो AG अमृतसर पंजाब न्यूज़ चैनल। लुधियाने पहुंचे गायक कलाकार सिद्धू मूसेवाल दे पिता बलकार सिंह। सिद्धू मूसेवाल दे पिता दा लारस बिश्नोई दे इनकाउंटर नूं लै के एक वड्डा बयान। ਮੈਨੂੰ ਸਭ ਤੋਂ ਪਹਿਲਾਂ ਵੱਧ ਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਇਸ ਗੱਲ ਦੀ ਵੀ ਲਗਭਗ 6-7 ਸਾਲਾਂ ਬਾਅਦ ਜਦੋਂ ਬੱਚੇ ਨੇ ਡਿਗਰੀ ਕੰਪਲੀਟ ਕੀਤੀ ਨਾ, ਉਸ ਤੋਂ ਬਾਅਦ ਮੈਨੂੰ ਅੱਜ ਆਉਣ ਦਾ ਮੌਕਾ ਮਿਲਿਆ ਔਰ ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋਈਆਂ ਨੇ। ਇਹਦੇ ਲਈ ਮੈਂ ਮੈਨੇਜਮੈਂਟ ਦਾ ਔਰ ਪ੍ਰਿੰਸੀਪਲ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਅੱਜ ਇਸ ਕਾਲਜ ਦੇ ਵਿੱਚ ਆਉਣ ਦਾ ਮੌਕਾ ਦਿੱਤਾ। ਸਰ 18 ਮਾਰਚ ਨੂੰ ਸਿੱਧੂ ਦੀ ਬਰਸੀ ਬਣਾਈ ਜਾ ਰਹੀ ਸੀ, 19 ਮਾਰਚ ਨੂੰ ਸਰ ਬਰਸੀ ਨਾ ਇੱਥੇ ਕਿਸ ਤਰ੍ਹਾਂ ਸਰ ਹੈਗਾ ਪ੍ਰਬੰਧ? ਸਰ ਬਰਸੀ ਦਾ ਤਾਂ ਸੰਬੰਧ 'ਚ ਮੇਰੀ ਇੱਛਾ ਸੀ ਮੈਂ ਬਰਸੀ ਦੇ ਉੱਤੇ ਹੀ ਬੋਲਾਂਗਾ, ਪਰ ਉਹ ਤਾਂ ਇੱਕ ਧਾਰਮਿਕ ਸਮਾਗਮ ਹੈ। ਬੱਚੇ ਨੂੰ 10 ਮਹੀਨੇ ਲਗਭਗ ਹੋ ਗਏ ਨੇ ਆਪਣੇ ਕੋਲੋਂ ਗਿਆ ਨੂੰ, ਉਹਨੂੰ ਇੱਕ ਭਾਵੇਂ ਨਿਸ਼ ਸ਼ਰਧਾਂਜਲੀ ਦੇਣ ਲਈ ਉਹ ਪ੍ਰੋਗਰਾਮ ਰੱਖਿਆ। ਉਹਤੇ ਸਾਰੇ ਆਪਾਂ ਜਿੰਨੇ ਸਿੱਧੂ ਨੂੰ ਚਾਹੁਣ ਵਾਲੇ ਆ ਸਾਰੇ ਇਕੱਠੇ ਵੀ ਹੋਵਾਂਗੇ, ਮੌਜੂਦਾ ਹਾਲਾਤਾਂ ਦੇ ਉੱਤੇ ਵਿਚਾਰ ਵਟਾਂਦਰਾ ਵੀ ਕਰਾਂਗੇ। ਸਰ ਲਾਰੈਂਸ ਬਿਸ਼ਨੋਈ ਦਾ ਸਰ ਇੱਕ ਇੰਟਰਵਿਊ ਹੋਇਆ ਵਾ ਜੇਲ੍ਹ ਤੋਂ, ਸਰ ਤੁਸੀਂ ਸਰ ਕਿਸ ਤਰ੍ਹਾਂ ਵੇਖ ਰਹੇ ਹੋ? ਕਿਉਂਕਿ ਲਗਾਤਾਰ ਤੁਹਾਡੇ ਵੱਲੋਂ ਮੰਗ ਕੀਤੀ ਜਾ ਰਹੀ ਕਿ ਉਸਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ? ਉਹਦੇ ਲਈ ਬੇਟਾ ਮੈਨੂੰ ਤਾਂ ਵੀ ਸਭ ਤੋਂ ਮੰਦਭਾਗੀ ਗੱਲ ਹੈ, ਸਾਡੇ ਲਾਅ ਐਂਡ ਆਰਡਰ ਦਾ ਜਿਹੜਾ ਜਲੂਸ ਨਿਕਲਣ ਵਾਲੀ ਗੱਲ ਹੈ ਸਾਰੀ, ਉਹ ਸਾਨੂੰ ਵੀ ਬਹੁਤ ਬੁਰੀ ਲੱਗੀ। ਮੈਂ ਵੀ ਕਾਫੀ ਪਰੇਸ਼ਾਨ ਹੋਇਆ ਉਸ ਗੱਲ ਨੂੰ ਜਦੋਂ ਤੋਂ ਮੈਂ ਉਹ ਦੇਖਿਆ, ਪਰ ਇਹ ਸਾਰੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਸਾਰੀਆਂ। ਇੱਕ ਪਾਸੇ ਇੱਕ ਬਦਮਾਸ਼ ਨੂੰ ਜਿਹੜਾ ਇੱਕ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿਊ ਲਏ ਜਾ ਰਹੇ ਨੇ, ਉਹਦੇ ਕੋਈ 10 ਪੁਆਇੰਟ ਬਦਮਾਸ਼ ਦੇ 10 ਪੁਆਇੰਟ ਕੀ ਹੋਣਗੇ ਜਿਸ ਤਰ੍ਹਾਂ ਨਾਲ ਉਹਨੂੰ LEDਾਂ ਲਾ ਕੇ ਵਿਖਾਇਆ ਜਾ ਰਿਹਾ। ਸੋ ਮੰਦਭਾਗਾ ਆਉਣ ਵਾਲੇ ਇਨ ਫਿਊਚਰ ਇਹਦੇ ਜਿਹੜੇ ਰਿਜ਼ਲਟ ਹੈ ਮਾੜੇ ਨਿਕਲਣਗੇ, ਕੋਈ ਚੰਗੀ ਗੱਲ ਨਹੀਂ ਹੈ। ਔਰ ਦੂਜਾ ਸਿੱਧੂ ਦੀ ਬਰਸੀ ਹੋਣ ਕਰਕੇ ਇਹ ਜਿਹੜਾ ਭੰਡੀ ਪ੍ਰਚਾਰ ਹੈ ਜੋ ਸਿੱਧੂ ਦੀ ਇਮੇਜ ਨੂੰ ਢਾਹ ਲਾਉਣ ਦੇ ਲਈ ਜੋ ਇਹ ਅਡੰਬਰ ਰਚਿਆ ਜਾ ਰਿਹਾ ਸਾਰਾ, ਅਸੀਂ ਭਲੀ ਭਾਂਤ ਸਮਝ ਰਹੇ ਹਾਂ ਸਾਰੀ ਗੱਲ ਨੂੰ, ਪਰ ਸਿੱਧੂ ਦਾ ਇਹ ਕੁਛ ਨਹੀਂ ਕਰ ਸਕਦੇ। ਜੋ ਲੋਕਾਂ ਦੇ ਵਿੱਚ ਸਿੱਧੂ ਨੇ ਆਪਣੀ ਜਗ੍ਹਾ ਬਣਾਈ ਹੈ ਉਹ ਬਰਕਰਾਰ ਰਹੂਗੀ, ਪਰ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਵੀ ਸਿੱਧੂ ਨੂੰ ਬਦਨਾਮ ਕੀਤਾ ਜਾਵੇ ਔਰ ਉਹਦੀ ਬਰਸੀ 'ਤੇ ਘੱਟ ਲੋਕ ਪਹੁੰਚਣ, ਤਾਂ ਇਹਨੂੰ ਇਹ ਕੁਛ ਪੋਲੀਟੀਕਲ ਸਾਈਡ ਤੋਂ ਵੀ ਵੇਖ ਰਹੇ ਨੇ, ਪਤਾ ਨਹੀਂ ਕੀ ਹੈ ਨਾ, ਜਦਕਿ ਆਪਾਂ ਤਾਂ ਇੱਕ ਪੀੜਿਤ ਪਰਿਵਾਰ ਹਾਂ। ਪਰ ਬਹੁਤ ਕੁਛ ਹੋ ਰਿਹਾ, ਸਿੱਧੂ ਦੇ ਜਿੰਨੀਆਂ ਵੀ ਅੱਜ ਤੱਕ ਵੀਡੀਓ ਖਿਲਾਫ ਪਈਆਂ ਹੋਈਆਂ ਨੇ ਉਹ ਕੱਲ੍ਹ ਦੀਆਂ ਸਾਰੀਆਂ ਅਪਲੋਡ ਹੋ ਗਈਆਂ, ਚਾਹੇ ਉਹਦੀ ਇਲੈਕਸ਼ਨ ਲੜਨ ਵੇਲੇ ਦੀ ਹੋਵੇ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕਦੇ ਸਿੱਧੂ ਦਾ ਵਿਰੋਧ ਹੋਇਆ ਹੋਣਾ ਹੈ ਉਹਦੇ 'ਚ ਆਉਂਦੇ ਜੀ, ਉਹ ਕੱਲ੍ਹ ਦਾ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਬਹੁਤ ਅਪਲੋਡ ਹੈ, ਬਹੁਤ ਗਿਣੀ ਮਿਠੀ ਸਾਜ਼ਿਸ਼ ਦੇ ਅਧੀਨ ਸਾਰਾ ਕੁਛ ਹੋ ਰਿਹਾ, ਪਰ ਲੋਕ ਸਮਝਦਾਰ ਨੇ ਸਰ। ਸਰ ਪਰ ਪੁਲਿਸ ਨੇ ਸਾਫ਼ ਕਰ ਦਿੱਤਾ, ਉਹ ਕਹਿੰਦੇ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਨਹੀਂ ਹੋਈ ਹੈ। ਤੁਹਾਡੀ ਆਵਾਜ਼ ਮੈਨੂੰ ਘੱਟ ਸੁਣਦੀ ਹੈ ਥੋੜਾ। ਇਹ ਕਹਿੰਦੇ ਜੀ ਕਿਉਂ ਕਹਿੰਦੇ ਪੁਲਿਸ ਵਾਲੇ ਕਹਿੰਦੇ ਆ ਕਿ ਇਹ ਵੀਡੀਓ ਪੰਜਾਬ 'ਚ ਨਹੀਂ ਬਣੀ, ਕੋਈ ਪੁਲਿਸ ਵਾਲੇ ਕਹਿੰਦੇ ਆ। ਸਰ ਪੰਜਾਬ ਦੀ ਜੇਲ੍ਹ ਤੋਂ ਕਹਿੰਦੇ ਆ ਵੀਡੀਓ ਨਹੀਂ ਬਣੀ ਹੈ, ਕਿਤੇ ਹੋਰੋਂ ਬਣੀ ਹੈ। ਬੇਟਾ ਟੈਕਨੀਕਲ ਵਿਸ਼ਾ ਹੈ ਨਾ, ਮੈਂ ਆਪਾਂ ਨੂੰ ਇਹਦੇ 'ਤੇ ਹਾਲੇ ਤੱਕ ਕਿਉਂਕਿ ਮੇਰੇ ਕੋਲ ਵੀ ਇਹੋ ਜਿਹਾ ਕੋਈ ਸੋਰਸ ਤਾਂ ਹੈ ਨਹੀਂ ਵੀ ਮੈਂ ਇਹਨੂੰ ਪੜਤਾਲ ਲਵਾਂ ਵੀ ਇਹ ਕਿੱਥੋਂ ਬਣੀ ਹੈ, ਪਰ ਬਣੀ ਤਾਂ ਹੈ ਨਾ, ਸ਼ੂਟ ਤਾਂ ਹੋਈ ਹੈ ਔਰ ਉਹ ਪੂਰੀ HD ਹੈ ਜਿਹਨੂੰ ਆਪਾਂ ਕੋਈ ਇੱਦਾਂ ਸਕਾਈਪ ਦੇ ਜ਼ਰੀਏ ਜੁੜ ਗਏ ਜਾਂ ਤੁਸੀਂ ਸਮਝਦੇ ਹੋ ਗੱਲ ਨੂੰ, ਕੋਈ ਵੀਡੀਓ ਨੂੰ ਇਸ ਤਰ੍ਹਾਂ ਹੀ ਹੈ ਜਿਵੇਂ ਆਪਾਂ ਅਮਲ ਸਾਹਮਣੇ ਬਹਿ ਕੇ, ਕਿਉਂਕਿ ਉਹਦੀ ਜਿਹੜੀ ਕੁਆਲਿਟੀ ਹੈ ਬੜੀ ਹਾਈ ਲੈਵਲ ਦੀ ਆ ਔਰ ਉਹਨੂੰ ਐਡਿਟ ਕਰਕੇ ਜੋ ਜੋ ਚੀਜ਼ ਉਹਨੂੰ ਚਾਹੀਦਾ ਇਹਦੇ 'ਚ ਲਾਰੈਂਸ ਦਾ ਵੀ ਮੈਨੂੰ ਇੰਨਾ ਜ਼ਿਆਦਾ ਕਸੂਰ ਨਹੀਂ ਲੱਗਦਾ, ਕਿਉਂਕਿ ਲਾਰੈਂਸ ਨੂੰ ਵੀ ਵਰਤਿਆ ਗਿਆ, ਉਹਨਾਂ ਨੇ ਲਾਰੈਂਸ ਨੂੰ ਤੋਂ ਜਿਹੜੀ ਚੀਜ਼ ਕਹਾਉਣੀ ਹੈ ਉਹੀ ਚੀਜ਼ ਹੀ ਕਹਾਈ ਹੈ, ਬਾਕੀ ਨੂੰ ਕੱਟਿਆ ਗਿਆ ਵਿੱਚੋਂ, ਜੋ ਕੁਛ ਉਹਨੇ ਹੋਰ ਵੀ ਬੋਲਿਆ ਹੋਣਾ ਵਿੱਚੋਂ ਉਹਦੇ ਕੋਲ ਕਾਫੀ ਚੀਜ਼ਾਂ ਜੇ ਆਪਾਂ ਵੀਡੀਓ ਨੂੰ ਗੌਰ ਨਾਲ ਵੇਖਦੇ ਹਾਂ ਉਹਦੇ 'ਚ ਫਲੈਸ਼ ਕੀਤੀ ਗਈ ਵਾਰੀ ਵਾਰੀ, ਆਮ ਸਧਾਰਨ ਵਿਅਕਤੀ ਨੂੰ ਵੀ ਉਹਦੀ ਸਮਝ ਆਉਂਦੀ ਹੈ ਵੀ ਉਹਦੀ ਐਡਿਟ ਹੈ ਜਿਹੜੀ ਕੀਤੀ ਗਈ। ਸਰ ਮਤਲਬ ਜਾਣਬੁੱਝ ਕੇ ਸਰ ਇੰਟਰਵਿਊ ਕਰਾਇਆ ਗਿਆ, ਮਤਲਬ ਕੌਣ ਹੈ ਲਾਰੈਂਸ ਦੇ ਪਿੱਛੇ ਇੰਟਰਵਿਊ ਸਰ ਜਾਣਬੁੱਝ ਕੇ ਕੌਣ ਡਾਇਰੈਕਟ ਕਰ ਰਿਹਾ ਉਹਨੂੰ? ਬੜਾ ਮੁਸ਼ਕਲ ਸਵਾਲ ਹੈ, ਹਾਲੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਮੇਰੇ ਪੁੱਤ ਦੀ ਮੌਤ ਪਿੱਛੇ ਕੌਣ ਹੈ। ਮੈਂ ਵੀ ਤਾਂ 10 ਮਹੀਨਿਆਂ ਤੋਂ ਇਹੀ ਮਿੱਟੀ ਫਰੋਲ ਲਿਆ ਵੀ ਮੈਨੂੰ ਘੱਟੋ ਘੱਟ ਇਹ ਤਾਂ ਪਤਾ ਲੱਗਿਆ ਤੇਰੇ ਪਿੱਛੇ ਕੌਣ ਹੈ। ਹੁਣ ਤੁਸੀਂ ਇਹ ਗੱਲ ਨੂੰ ਕਲੀਅਰ ਕਰੋ, ਤੁਹਾਨੂੰ ਵੱਧ ਪਤਾ ਮੇਰੇ ਨੂੰ, ਤੁਹਾਡਾ ਫੀਲਡ ਹੈ ਇਹ, ਵੀ ਕਦੀ ਪੱਤਰਕਾਰਤਾ ਦੇ ਵਿੱਚ ਇਸ ਤਰ੍ਹਾਂ ਦਾ ਹੋਇਆ ਵੀ ਕਿਸੇ ਹਵਾਲਾਤੀ ਦੀ ਇੱਦਾਂ ਹੋ ਜਾਵੇ, ਕਨਵਿਕਟ ਵਿਅਕਤੀ ਦੀ ਕੋਈ ਇੱਕ ਅੱਧਾ ਕੇਸ ਤੁਹਾਨੂੰ ਮਿਲ ਸਕਦਾ ਕਦੇ ਹੋ ਗਿਆ ਹੋਵੇ, ਪਰ ਇਸ ਵਿਅਕਤੀ ਦੀ ਇੰਟਰਵਿਊ ਹੋਣਾ ਤਾਂ ਇੱਕ ਪੱਤਰਕਾਰਤਾ 'ਤੇ ਵੀ ਬਹੁਤ ਵੱਡਾ ਸਵਾਲ ਹੈ।
ਲਾ ਐਂਡ ਆਰਡਰ ਤੇ ਤਾਂ ਹੈਗੇ ਹੈਗੇ ਔਰ ਇਹ ਇੱਕ ਸਿੱਧੂ ਦੀ ਛਵੀ ਨੂੰ ਖਰਾਬ ਕਰਨ ਦੀ ਖਾਤਰ ਨਾ ਜਿਹੜੇ ਅਡੰਬਰ ਸਾਰੇ ਰਚ ਰਹੇ ਨੇ ਪਰ ਇਹਦੇ 'ਚ ਕਾਮਯਾਬ ਨਹੀਂ ਹੋਣਗੇ। ਅਸੀਂ ਸਾਡੇ ਪੱਲੇ ਸੱਚ ਹੈ, ਅਸੀਂ ਸੱਚ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਹਾਂ। ਇਹ ਕੋਰੇ ਸਾਰਾ ਜਿਹੜਾ ਹੈਗਾ ਅਡੰਬਰ ਝੂਠ ਦਾ। ਸਰ ਹਾਈ ਕੋਰਟ ਦਾ ਸਰ ਰੁੱਖ ਕੀਤਾ ਜਾਏਗਾ ਤੁਹਾਡੇ ਵੱਲੋਂ? ਨਹੀਂ ਬੇਟਾ ਹਾਲੇ ਤੱਕ ਨਹੀਂ ਹੈ, ਪਰ ਅਸੀਂ ਰਹਿ ਲੈ ਰਹੇ ਹਾਂ ਸਾਰੀ ਗੱਲ ਦੀ। ਜਦੋਂ ਕੋਈ ਸਰਕਾਰ ਨਹੀਂ ਸੁਣੂਗੀ ਅਸੀਂ ਮਾਨਯੋਗ ਕੋਰਟ ਦਾ ਹੀ ਦਰਵਾਜ਼ਾ ਖੜਕਾਵਾਂਗੇ ਕਿਸੇ ਨਾ ਕਿਸੇ ਤਰੀਕੇ। ਜੇ ਕੋਈ ਪਹਿਲਾਂ ਉਹਦਾ ਆਧਾਰ ਬਣਾਵਾਂਗੇ, ਕੋਈ ਨਾ ਕੋਈ ਸਿਆਣੇ ਵਕੀਲਾਂ ਦੀ ਰਾਇ ਲਵਾਂਗੇ ਜਿਹੜੇ ਐਕਸਪੀਰੀਅੰਸ ਵਾਲੇ ਨੇ, ਉਹਨਾਂ ਨੂੰ ਮਿਲੇ ਹੈ, ਅੱਗੇ ਵੀ ਮਿਲੂੰਗਾ। ਉਹ ਜਦੋਂ ਕੋਈ ਕਰਾਂਗੇ ਤੁਹਾਨੂੰ ਦੱਸ ਦੇਣਗੇ। ਸਰ ਹੁਣ ਤੱਕ ਦੀ ਸਰਕਾਰੀ ਕਾਰਵਾਈ ਤੁਹਾਡਾ ਕੀ ਮੰਨਣਾ ਹੈ ਕਿ ਕੇਂਦਰ ਸਰਕਾਰੀ ਏਜੰਸੀਆਂ ਤਾਂ ਰੋਕ ਰਹੀਆਂ ਨੇ ਲੇਕਿਨ ਸੂਬਾ ਸਰਕਾਰ ਵੱਲੋਂ ਹੱਦ ਤੱਕ ਕੋਈ ਕਦਮ ਚੁੱਕੇ ਗਏ ਨੇ ਇਸ ਸੰਬੰਧ ਵਿੱਚ? ਸਰ ਸਰਕਾਰ ਨੇ ਜੋ ਕੀਤਾ ਵਾ ਕਾਰਵਾਈ ਕੀਤੀ ਪੰਜਾਬ ਸਰਕਾਰ ਇਹ ਸਿੱਧੂ ਦੇ ਕੇਸ? ਹਾਂਜੀ ਸਰ। ਦੇਖੋ ਬੇਟਾ ਸਰਕਾਰ ਨੇ ਜਿਹੜੀ ਕਾਰਵਾਈ ਕੀਤੀ ਹੈ, ਦੇਖੋ ਅਸੀਂ ਮੈਂ ਤੁਹਾਨੂੰ ਬੜੀਆਂ ਸਿੰਪਲੀ ਤਰੀਕੇ ਨਾਲ ਸਮਝਾ ਦਿੰਦਾ। ਸਰਕਾਰ ਕੇਵਲ ਗੈਂਗਸਟਰ ਦੇ ਖਿਲਾਫ ਕਾਰਵਾਈ ਕਰਦੀ ਹੈ ਜਿਨ੍ਹਾਂ ਨੇ ਉਸ ਵਾਰਦਾਤ ਨੂੰ ਇਲਜ਼ਾਮ ਦਿੱਤਾ, ਜੋ ਬੰਦਿਆਂ ਨੇ ਉਹਨੂੰ ਫਿਜ਼ੀਕਲੀ ਨੁਕਸਾਨ ਪਹੁੰਚਾਇਆ, ਕੇਵਲ ਉਹਨਾਂ ਬੰਦਿਆਂ ਦੇ ਉੱਤੇ ਕਾਰਵਾਈ ਹੋਈ ਹੈ। ਔਰ ਜੋ ਜਿਹੜੇ ਬੰਦੇ ਮੈਂ ਕਹਿ ਰਿਹਾ ਉਹਨਾਂ 'ਚੋਂ ਕੇਵਲ ਇੱਕੋ ਹੀ ਬੰਦਾ ਜਿਹੜਾ ਮੇਰੇ ਘਰ ਦੇ ਸਾਹਮਣੇ ਕੈਮਰੇ ਲੱਗੇ ਹੋਏ ਸੀ, ਉਹ ਬੰਦਾ ਇਕੱਲਾ ਅਰੈਸਟ ਕੀਤਾ ਹੋਇਆ, ਮਤਲਬ ਸਾਡੇ ਕਹਿਣ 'ਤੇ। ਉਸ ਤੋਂ ਇਲਾਵਾ ਜਿਹੜੇ ਮਾਸਟਰ ਮਾਈਂਡ ਨੇ ਜਿਨ੍ਹਾਂ ਨੇ ਸ਼ੁਭਦੀਪ ਪੀਕ ਦੇ ਉੱਤੇ ਸੀਗਾ, ਅੱਜ ਕੱਲ੍ਹ ਪੰਜਾਬੀ ਇੰਡਸਟਰੀ ਦਾ 50% ਹਿੱਸਾ ਜਿਹੜਾ ਸੀਗਾ ਸ਼ੁਭਦੀਪ ਕਵਰ ਕਰਦਾ ਸੀਗਾ, ਔਰ ਉਹਨੂੰ ਲਾਈਨ ਤੋਂ ਹਟਾਉਣਾ ਸੀ, ਔਰ ਬੇਟੇ ਨੂੰ ਮਾਰਨ ਦੇ ਲਈ ਕਰੋੜਾਂ ਰੁਪਏ ਦੇ ਵੈਪਨ ਯੂਜ਼ ਕੀਤੇ ਗਏ। AK-47 ਤੋਂ ਲੈ ਕੇ 45 ਦਾ ਅਸਲਾ, ਸਾਰਾ ਇੰਪੋਰਟਡ ਅਸਲਾ ਵਰਤਿਆ ਗਿਆ, ਔਰ 33 ਬੰਦਿਆਂ ਦੀ ਇਨਵੋਲਵਮੈਂਟ ਆ ਗਈ ਹੈ। ਉਹਨਾਂ ਨੇ ਸਾਰਿਆਂ ਨੇ ਫਰੀ 'ਚ ਦਾ ਕੰਮ ਨਹੀਂ ਕੀਤਾ, ਔਰ ਇਹ ਕਰੋੜਾਂ ਰੁਪਏ ਦਾ ਬਜਟ ਕਿਹਨੇ ਕੀਤਾ ਇੰਤਜ਼ਾਮ? ਕਿਹਦੇ ਖਾਤੇ 'ਚੋਂ ਪੈਸੇ ਕਿੱਧਰ ਨੂੰ ਗਏ? ਮੈਂ ਉਹਨਾਂ ਚੀਜ਼ਾਂ ਦੇ ਸਵਾਲ ਪੁੱਛਦਾ ਵੀ ਮਾਸਟਰ ਮਾਈਂਡ ਇੱਕ ਵੀ ਨਹੀਂ ਹੈ। ਕਤਲ ਹੋ ਗਿਆ ਜੀ, ਕਤਲ ਵਾਲੇ ਫੜ ਲਏ, ਜਿਹਨੇ ਠਾਰ ਦਿੱਤੀ ਉਹ ਫੜ ਲਿਆ, ਜਿਹਨੇ ਰੋਟੀਆਂ ਖਵਾਈਆਂ ਦੋ ਉਹ ਸਾਰੇ ਫੜ ਲਏ। ਮੈਂ ਵੀ ਸਹਿਮਤ ਇਸ ਗੱਲ ਨਾਲ, ਉਹ ਤਾਂ ਫਿਰ ਕਤਲ ਦਾ ਇੱਕ ਪਾਰਟ ਹੈ ਨਾ। ਜਿਹੜੇ ਦੂਜੇ ਪਾਸੇ ਜਿਹੜੇ ਮਾਸਟਰ ਮਾਈਂਡ ਹੈ, ਕਿੰਨਾ ਨੂੰ ਤਕਲੀਫ ਸੀ? ਸਾਡੇ ਕੰਪੀਟੀਟਰ ਕੌਣ ਸੀ? ਸਾਨੂੰ ਪਾਸੇ ਹਟਾ ਕੇ ਕਿਹਨੂੰ ਫਾਇਦਾ ਹੋਇਆ? ਉਹ ਲੋਕ ਹਾਲੇ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ, ਕੋਸ਼ਿਸ਼ ਕਰ ਰਹੇ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਅਰੈਸਟ ਹੋ ਜਾਣ। ਅੱਛਾ ਸਰ, ਤੁਸੀਂ ਬਾਰ ਬਾਰ ਸਵਾਲ ਚੱਕ ਰਹੇ ਹੋ ਕਿ ਸਰਕਾਰ ਨੇ ਜਿਹੜੀ ਸਿਕਿਉਰਿਟੀ ਹੈ ਉਹਨੂੰ ਲੀਕ ਕੀਤਾ ਜਦੋਂ ਸਿਕਿਉਰਿਟੀ ਵਾਪਸ ਲਈ ਸੀ, ਪਰ ਅਮਨ ਅਰੋੜਾ ਕਹਿੰਦੇ ਸੀ ਕਿ ਗਨਮੈਨ ਹੈਗੇ ਸੀ, ਬੁਲਟ ਪਰੂਫ ਗੱਡੀ ਲੈ ਕੇ। ਇਹ ਸਵਾਲ ਤੋਂ ਪਹਿਲੇ ਵੀ ਕੀਤੇ ਗਏ ਤੁਹਾਡੇ ਕੋਲੋਂ, ਤੇ ਕਾਰਵਾਈ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਉਸ ਮੀਡੀਆ ਸਲਾਹਕਾਰ ਤੇ ਵੀ ਹੋਣੀ ਚਾਹੀਦੀ ਹੈ, ਉਹ ਹੋਈ ਨਹੀਂ ਅਜੇ। ਸਭ ਤੋਂ ਵੱਡੀ ਗੱਲ ਤਾਂ ਮੈਂ ਅਮਨ ਅਰੋੜਾ ਦੀ ਪਰਸੋਂ ਵੀ ਮੈਂ ਬੋਲਿਆ ਸੀ ਵੀ ਬੜੀ ਮੰਦਭਾਗੀ ਗੱਲ ਹੈ ਜਿਹੜੀ ਇੱਕ ਜ਼ਿੰਮੇਵਾਰ ਕੈਬਨਿਟ ਮਿਨਿਸਟਰ ਨੇ ਗੱਲ ਕਹੀ। ਉਹ ਕਹਿੰਦੇ ਨੇ ਵੀ ਉਹਨਾਂ ਕੋਲ 2 ਗਨਮੈਨ ਸੀ, ਪਰ ਗਨਮੈਨ ਸੀ ਜਾਂ ਨਾ ਦੀ ਗੱਲ ਨਹੀਂ ਹੈਗੀ, ਗੱਲ ਹੈਗੀ ਇਸ ਗੱਲ ਦੀ ਵੀ ਇਲੈਕਸ਼ਨ ਹੋਇਆ, ਸਾਡੀ ਸਾਰੀ ਸਿਕਿਉਰਿਟੀ ਬਿਨਾਂ ਦੱਸੇ ਤੋਂ, ਬਿਨਾਂ ਕਿਸੇ ਲਿਖਤੀ ਆਰਡਰ ਤੋਂ ਜਵਾਨੀ ਇਕਬਾਲ ਨੇ ਜਿਹੜੀ ਉਹ ਵਿਡਰਾ ਕਰ ਲਈ ਗਈ। 9 ਦਿਨ ਸਿੱਧੂ ਕੋਲ ਇੱਕ ਵੀ ਸੰਤਰੀ ਨਹੀਂ ਸੀ, ਔਰ ਅਸੀਂ ਬੜੇ ਅਮਨ ਮਾਨ ਨਾਲ ਆਪਣੇ ਘਰੇ ਰਹੇ। ਰੌਲਾ ਕਿੱਥੋਂ ਪੈ ਗਿਆ? 28 ਤਰੀਕ ਨੂੰ ਜਦੋਂ ਇਹਨਾਂ ਨੇ ਸਿਕਿਉਰਿਟੀ ਅਨਾਊਂਸ ਕਰਤੀ, ਔਰ ਗੋਲਡੀ ਬਰਾੜ ਨੇ ਇਸ ਗੱਲ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਮੰਨ ਲਿਆ, ਕਈ ਵੱਡੇ ਜਰਨਲਿਸਟ ਕੋਲ ਉਹਨੇ ਇਹ ਗੱਲ ਕਹੀ ਵੀ ਜਦੋਂ ਸਾਨੂੰ ਪਤਾ ਲੱਗਿਆ ਵੀ ਸਿੱਧੂ ਨੇ ਸਿਕਿਉਰਿਟੀ ਵਿਡਰਾ ਕਰ ਲਈ, ਤਾਂ ਉਹਨਾਂ ਨੇ ਆਪਣੀ ਪਾਵਰ ਵਧਾ ਕੇ, ਜਿੱਥੇ 2 ਬੰਦੇ ਪਹਿਲਾਂ ਸਾਡੇ ਇਲੈਕਸ਼ਨ ਦੇ ਵਿੱਚ ਸਾਡਾ ਪਿੱਛਾ ਕਰਦੇ ਸੀ, ਉਹਨਾਂ ਨੇ 8 ਬੰਦੇ ਕਰਤੇ ਅਸਲੇ ਵਾਲੇ, ਔਰ ਗ੍ਰਨੇਡ ਦੇਤੇ, AK-47 ਦੇਤੀ, ਔਰ ਟਾਰਗੇਟ ਦੇਤਾ 29-30 ਦਾ। 29 ਨੂੰ ਜੇ ਅਸੀਂ ਬਚ ਵੀ ਜਾਂਦੇ ਤਾਂ ਸਾਡੇ ਰਾਤ ਨੂੰ ਘਰ ਉੱਤੇ ਹਮਲਾ ਹੋਣਾ ਸੀਗਾ, ਜਿਹਦੀ ਵੀ ਪ੍ਰੋਪਰ ਉਹਨਾਂ ਨੇ ਰੇਕੀ ਕਰਵਾ ਲਈ ਸੀ। ਰੌਲਾ ਸੀ ਵੀ ਉਹਨਾਂ ਨੇ ਸੂਚਨਾ ਲੀਕ ਕੀ, ਅਤੇ ਉਹ ਸਿਕਿਉਰਿਟੀ ਬੇਸ਼ੱਕ ਸਾਡੀ ਸਾਰੀ ਵਾਪਸ ਲੈ ਲੈਂਦੇ ਰੋ, ਪਰ ਉਹਨੂੰ ਸਰਕਾਰ ਦੀ ਮਰਜ਼ੀ ਹੈ ਸਿਕਿਉਰਿਟੀ ਦੇਣਾ ਜਾਂ ਨਾ ਦੇਣਾ, ਪਰ ਉਹਨੂੰ ਸੋਸ਼ਲ ਮੀਡੀਆ 'ਤੇ ਅਨਾਊਂਸ ਨਾ ਕੀਤਾ ਜਾਵੇ। ਅਨਾਊਂਸ ਕਰਨ ਦੇ ਨਾਲ ਵਿਦੇਸ਼ਾਂ 'ਚ ਬੈਠੇ ਪਾਪੀਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਸਾਰੇ ਗੁੰਡੇ ਸਾਡੇ ਉੱਤੇ ਲਾਤੇ, 3 ਮਡਿਊਲ ਕਰਤੇ, ਉਹ ਡਿਊਟੀ ਦੇਣ ਲੱਗ ਗਏ ਗੇਟ ਦੇ ਅੱਗੇ, ਜਦੋਂ ਵੀ ਬਾਹਰ ਨਿਕਲਿਆ ਉਹਦੀ ਸ਼ੂਟ ਕਰਦੇ। ਇਸ ਗੱਲ ਦੀ ਉਹਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਉਸ ਅਸੀਂ, ਔਰ ਇਹ ਜਿਹੜੀ ਚੀਜ਼ ਦੇ ਉੱਪਰ ਸ਼ਬਦ ਚੱਕਦੇ ਨੇ ਮੰਤਰੀ ਸਹੁੰ ਚੱਕਣ ਵਿੱਚ, ਉਹਦੀ ਉਹਨੇ ਉਲੰਘਣਾ ਕੀਤੀ ਹੈ। ਮੈਂ ਮੰਨਦਾ ਸਾਡੀਆਂ ਵੀ ਗਲਤੀਆਂ ਨੇ, ਮੈਂ ਕਦੇ ਨਹੀਂ ਕਿਹਾ ਵੀ ਮੈਂ ਕੋਈ ਗਲਤੀ ਨਹੀਂ ਕੀਤੀ ਜਾਂ ਮੇਰੇ ਬੇਟੇ ਨੇ ਕੋਈ ਗਲਤੀ ਨਹੀਂ ਕੀਤੀ, ਸਾਡੇ ਕੋਲ ਪ੍ਰਬੰਧ ਸੀ, ਜੇ ਅਸੀਂ ਥੋੜ੍ਹਾ ਬਹੁਤਾ ਕਰਦੇ ਹੋ ਸਕਦਾ ਸੀ 2-4 ਦਿਨ ਹੋਰ ਜਿਉਂ ਜਾਂਦੇ, ਜ਼ਿਆਦਾ ਚਿਰ ਨਹੀਂ ਸਾਨੂੰ ਜਿਉਣ ਦਿੰਦੇ ਸੀ, ਕਿਉਂਕਿ ਉਹਨਾਂ ਦਾ ਮਕਸਦ ਸੀ ਸਾਨੂੰ ਮਾਰਨਾ, ਔਰ ਅਸੀਂ 5 ਸਾਲ ਦੇ ਲੋਕਾਂ ਵਿੱਚ ਹੀ ਖੇਡਦੇ ਤੁਰੇ ਆਉਂਦੇ ਸੀ, ਪਰ ਜਿੰਨਾ ਚਿਰ ਅਸੀਂ ਅਲਰਟ ਰਹੇ ਅਸੀਂ
ਨੁਕਸਾਨ ਨਹੀਂ ਖਾਧਾ, ਪਰ ਜਦੋਂ ਅਸੀਂ ਥੋੜ੍ਹਾ ਜਿਹਾ ਵੀ ਵੋਟਾਂ ਤੋਂ ਬਾਅਦ ਸਾਨੂੰ ਵੀ ਕਿਤੇ ਨਾ ਕਿਤੇ ਲੱਗਣ ਲੱਗ ਗਿਆ ਵੀ ਜਦੋਂ ਇੰਨੇ ਝਮੇਲੇ ਦੇ ਵਿੱਚ ਸਾਡਾ ਨੁਕਸਾਨ ਨਹੀਂ ਹੋਇਆ ਸ਼ਾਇਦ ਨਹੀਂ ਅਸੀਂ ਥੋੜ੍ਹਾ ਜਿਹਾ ਵੱਧ ਡਰੇ ਹੋਏ, ਔਰ ਜਦੋਂ ਅਸੀਂ ਰਿਲੈਕਸ ਹੋ ਗਏ ਥੋੜ੍ਹੇ ਨਾ ਅਸੀਂ ਸਾਡਾ ਨੁਕਸਾਨ, ਔਰ ਜੇ ਮੇਰੀ ਗਲਤੀ ਮੇਰੇ ਬੇਟੇ ਨੇ ਕੀਤੀ ਉਹਨੇ ਅੰਜਾਮ ਭੁਗਤ ਲਿਆ, ਅਸੀਂ ਆਪਣਾ ਬੱਚਾ ਗੁਆ ਲਿਆ, ਪਰ ਜਿਹੜੀ ਗਲਤੀ ਸਰਕਾਰ ਨੇ ਕੀਤੀ ਉਹਨੇ ਕੀ ਕੀਤਾ ਹੁਣ ਤੱਕ? ਆਹ ਸਵਾਲ ਮੈਂ ਉਹਨੂੰ ਪੁੱਛਿਆ। ਧੰਨਵਾਦ, ਥੈਂਕ ਯੂ ਸਰ।